ਟੀਵੀ ਤੇ ਮੈਂ ਪਰਮਦੀ ਪ੍ਰਣਾ ਅੱਜ ਸਿੱਧੂ ਮੂਸੇਵਾਲਾ ਦੇ ਨਾਲ ਜੁੜੀ ਹੋਈ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਸਿੱਧੂ ਪਰਿਵਾਰ ਨੇ ਅਫੀਸ਼ੀਅਲ ਤੌਰ ਤੇ ਇਹ ਸਾਂਝਾ ਕਰ ਦਿੱਤਾ ਹੈ ਕਿ ਘਰ ਦੇ ਵਿੱਚ ਖੁਸ਼ੀਆਂ ਆ ਗਈਆਂ ਨੇ ਉਹ ਸੁੰਨੀ ਪਈ ਹਵੇਲੀ ਅੱਜ ਤੁਸੀਂ ਦੇਖ ਰਹੇ ਹੋਗੇ ਪਰ ਅੱਜ ਇਹ ਕਲਕਾਰੀਆਂ ਦੇ ਨਾਲ ਗੂੰਜ ਉੱਠੀ ਕਿਉਂਕਿ ਸਿੱਧੂ ਪਰਿਵਾਰ ਦੇ ਵਿੱਚ ਫਿਰ ਘਰਤ ਵਾਪਸੀ ਹੋਈ ਹੈ ਛੋਟੇ ਸਿੱਧੂ ਦੀ ਕਹਿ ਸਕਦੇ ਆ ਵੀ ਛੋਟੇ ਸ਼ੋਭਦੀਪ ਦੀ ਫਿਰ ਘਰ ਵਾਪਸੀ ਹੋਈ ਹੈ ਤੇ ਫਿਰ ਖੁਸ਼ੀ ਦੀਆਂ ਲਹਿਰਾਂ ਪੂਰੇ ਪਿੰਡ ਮੂਸੇ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਜਿੱਥੇ ਸਿੱਧੂ ਨੂੰ ਚਾਉਣ ਵਾਲੇ ਨੇ ਉੱਥੇ-ਉੱਥੇ ਫੈਲ ਚੁੱਕੀਆਂ ਤੇ ਲਗਾਤਾਰ ਸੋਸ਼ਲ ਮੀਡੀਆ ਦੇ ਉੱਪਰ ਸਿੱਧੂ ਦੇ ਘਰ ਵਾਪਸੀ ਦੀਆਂ ਵਧਾਈਆਂ ਜਿਹੜੀਆਂ ਪਰਿਵਾਰ ਨੂੰ ਦਿੱਤੀਆਂ ਜਾ ਰਹੀਆਂ ਪਰਿਵਾਰ ਦੇ ਵਿੱਚ ਜਿਹੜੇ-ਜਿਹੜੇ ਜੀ ਨੇ ਅੱਜ ਚਾਹੇ ਹਵੇਲੀ ਦੇ ਵਿੱਚ ਮੌਜੂਦ ਨਹੀਂ ਪਰ ਜਿਹੜੇ ਸਿੱਧੂ ਦੇ ਜੀ ਨੇ ਜਿਹੜੇ ਸਿੱਧੂ ਦਾ ਪਰਿਵਾਰ ਬਣੇ ਹੋਏ ਨੇ ਉਹ ਸਾਰੇ ਹਵੇਲੀ ਦੇ ਵਿੱਚ ਆ ਰਹੇ ਨੇ ਗੱਲਬਾਤ ਕਰਦੇ ਆ ਸਿੱਧੂ ਦੇ ਫੈਨ ਪਹੁੰਚ ਗਏ ਨੇ ਭਾਈ ਜੀ ਕਿਵੇਂ ਲੱਗ ਰਿਹਾ ਅੱਜ ਫੇਰ ਘਰ ਵਾਪਸੀ ਹੋਈ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਲੱਗ ਬਹੁਤ ਹੀ ਵਧੀਆ ਲੱਗਿਆ ਜੀ ਬਹੁਤ ਖੁਸ਼ ਹਾਂ ਸਪੈਸ਼ਲ ਬੱਚੀ ਦੇ ਅਸੀਂ ਇਹਦੇ ਖਾਤਰ ਆਏ ਆ ਅੱਛਾ ਇਹ ਸੁਣਦੇ ਆ ਸਿੱਧੂ ਨੂੰ ਹਾਂਜੀ ਬਹੁਤ ਅੱਛਾ ਕੀ ਨਾਮ ਬੱਚੇ ਦਾ ਤੋਂ ਆਈ ਆ ਰਵਲੀਨ ਅੱਛਾ ਸਿੱਧੂ ਨੂੰ ਸੁਣਦੇ ਸੀ ਹਾਂਜੀ ਅੱਛਾ ਅੱਜ ਛੋਟਾ ਸਿੱਧੂ ਆ ਗਿਆ ਘਰੇ ਕਿਵੇਂ ਲੱਗ ਰਿਹਾ ਅੱਛਾ ਲੱਗ ਰਿਹਾ ਅੱਛਾ ਕੀ ਬਾਤ ਹੈ ਇਹ ਸਿੱਧੂ ਦੇ ਫੈਨ ਨੇ ਜੀ ਛੋਟੇ ਛੋਟੇ ਬੱਚੇ ਨੇ ਹਾਲਾਂਕਿ ਇਸ ਬੱਚੀ ਨੂੰ ਦੇਖੋ ਪੰਜਾਬੀ ਘਟ ਆਉਂਦੀ ਹੈ ਪਰ ਫਿਰ ਵੀ ਜਿਹੜਾ ਸੁਣਦੇ ਆ ਨਾ ਤਾਂ ਬੜੇ ਚਾਅ ਦੇ ਨਾਲ ਸੁਣਦੇ ਤੇ ਦਿਲ ਦਿਮਾਗ ਤੇ ਕਬਜ਼ਾ ਕਰਕੇ ਬੈਠਾ ਸਿੱਧੂ ਮੂਸੇਵਾਲਾ ਚਾਹੇ ਛੋਟੇ ਬੱਚੇ ਹੋਣ ਚਾਹੇ ਨੌਜਵਾਨ ਹੋਣ ਚਾਹੇ ਬਜ਼ੁਰਗ ਹੋਣ ਅ ਭਾਈ ਜੀ ਕੀ ਨਾਮ ਸਤਨਾਮ ਸਿੰਘ ਸਤਨਾਮ ਜੀ ਕਿਵੇਂ ਲੱਗ ਰਿਹਾ ਜਦੋਂ ਆਏ ਸੀ ਪਤਾ ਸੀ ਕਿ ਆ ਕੇ ਪਤਾ ਲੱਗੇ ਨਹੀਂ ਆ ਕੇ ਬਰਸਤੇ ਚ ਪਤਾ ਲੱਗਾ ਜੀ ਅੱਛਾ ਬਹੁਤ ਕਿਵੇਂ ਲੱਗਿਆ ਬਹੁਤ ਵਧੀਆ ਖੁਸ਼ੀ ਵਾਲੀ ਗੱਲ ਹੋਈ ਹੈ ਜੀ ਹਾਂਜੀ ਘਰ ਖੁਸ਼ੀਆਂ ਵਾਪਸ ਆ ਗਈਆਂ ਅੱਛਾ ਹਾਂਜੀ ਤੇ ਅਸੀਂ ਸਪੈਸ਼ਲ ਬੱਚਿਆਂ ਨੂੰ ਦਿਖਾਉਣ ਲਈ ਆਏ ਸੀ अच्छा आज कितने ना कितने खुशी भी है भी भी, तो एक भावुक माहौल भी बन जाता है भी मां ਦੇ ਨਾਲੋਂ ਪੁੱਤ ਵਿਛੜਿਆ ਸੀ ਅੱਜ ਫੇਰ ਵਾਪਸ ਫੇਰ ਦੁਬਾਰਾ ਮਿਲ ਕੇ ਵਾਪਸ ਮਿਲ ਗਿਆ ਹਾਂਜੀ ਹਾਂਜੀ ਬਹੁਤ ਖੁਸ਼ੀ ਵਾਲੀ ਗੱਲ ਹੈ ਤੇ ਹੋਰ ਵੀ ਫੈਨ ਨੇ ਸਾਡੇ ਨਾਲ ਗੱਲਬਾਤ ਕਰਦੇ ਬਈ ਜੀ ਕੀ ਨਾਮ ਮਰਿੰਦਰ ਸਿੰਘ ਜੀ ਮਹਿੰਦਰ ਜੀ ਕਿਵੇਂ ਲੱਗ ਰਿਹਾ ਅੱਜ ਫੇਰ ਪੂਰਾ ਵਧੀਆ ਜੀ ਪੂਰਾ ਵਧੀਆ ਮਾਹੌਲ ਹੋ ਗਿਆ ਜੀ ਵਿਚਾਰਿਆਂ ਦਾ ਹੁਣ ਬਿਜਾ ਦੁੱਖ ਸੀ ਇਹਨਾਂ ਨੂੰ ਵਿਚਾਰਿਆਂ ਦਾ ਉਹ ਘਟਿਆ ਗਿਆ ਜੀ ਫੇਰ ਉਹੀ ਥਾਪੀਆਂ ਫੇਰ ਉਹੀ ਹਾਂਜੀ ਹਾਂਜੀ ਪੂਰਾ ਵੱਜੂਗਾ ਜੀ ਹਾਂ ਜਿਉਂ ਜਿਉਂ ਉਟੂ ਨਾਲ ਜਲਾਉ ਹਾਂਜੀ ਹਾਂਜੀ ਅੱਛਾ ਕੀ ਨਾਮ ਬੱਚੇ ਗਰਜੋਤ ਸਿੰਘ ਇਹਰ ਜੋ ਸੁਣਦੇ ਹੋ ਸਿੱਧੂ ਨੂੰ ਹਾਂਜੀ ਛੋਟਾ ਸਿੱਧੂ ਵੀ ਆ ਗਿਆ ਹਵੇਲੀ ਚ ਕਿਵੇਂ ਲੱਗ ਰਿਹਾ ਜੀ ਬਹੁਤ ਵਧੀਆ ਲੱਗ ਰਿਹਾ ਅੱਛਾ ਭੈਣ ਜੀ ਕਿਵੇਂ ਦੇਖਦੇ ਹੋ ਇੱਕ ਮਾਨ ਵਾਲੋ ਪੁੱਤ ਵਿਛੜਿਆ ਸੀ ਅੱਜ ਫੇਰ ਉਹ ਨਹੀਂ ਬਹੁਤ ਵਧੀਆ ਜਿਹੜੇ ਦੁਬਾਰਾ ਖੁਸ਼ੀਆਂ ਆਈਆਂ ਨੇ ਹਨਾ ਅੱਪ ਤਾਂ ਕਹਿੰਦੇ ਚਲੋ 22 ਸਾਲ ਤੱਕ ਉਹੀ ਸਿੱਧੂ ਵਾਪਸ ਆਵੇ ਜਮਾਂ ਸੇਮ ਅੱਛਾ ਬਹੁਤ ਵਧੀਆ ਜਿਹੜੇ ਜਿਹੜੇ ਸੋਚਦੇ ਵੀ ਸਿੱਧੂ ਤਾਂ ਮੁੱਕਿਆ ਪਰ ਸਿੱਧੂ ਤਾਂ ਲੈਜੈਂਡ ਹੋਇਆ ਮੁੱਕਿਆ ਨਹੀਂ 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 ਉਹੀ ਸਿੱਧੂ ਵਾਪਸ ਆਇਆ ਵਧੀਆ ਬਾਈ ਕਿ ਜਦੋਂ ਇੰਨੀ ਤਰੱਕੀ ਹੁੰਦੀ ਨੇ ਵਧੀਆ ਥੋੜੇ ਟਾਈਮ 'ਚ ਵਿਚਾਰਾ ਇੰਨਾ ਉੱਠਿਆ ਸੀ ਇੱਕੋ ਲੱਖ ਤੱਕ ਡਿੱਗਣਾ ਮੰਨੇ ਨੇ ਬਾਜੋ ਮਾਂ ਪਿਓ ਨੇ ਚੱਲਣਾ ਬਹੁਤ ਔਖੀ ਗੱਲ ਆਈ ਸੁਣੀ ਪਈ ਸੀ ਅੱਜ ਫੇਰ ਕਲਕਾਰੀਆਂ ਦੀ ਹਾਂਜੀ ਹਾਂਜੀ ਪੂਰੀਆਂ ਜੀ ਆਥਰੇ ਪੂਰਾ ਵਧੀਆ ਮਾਹੌਲ ਹੋ ਗਿਆ ਜੀ ਬਾਈ ਖੁਸ਼ੀ ਪਿਓ ਮਾਂ ਪਿਓ ਨੂੰ ਜਿੰਨੀ ਹੋ ਕੀ ਬਾਤ ਹੈ ਬਾਈ ਕਹਿੰਦੇ ਪੰਗੜੇ ਪਹਿਣਗੇ ਖੁਸ਼ੀਆਂ ਵਾਲਾ ਮਾਹੌਲ ਹੈ ਇੱਥੇ ਪੰਜ ਜੀ ਕਿਵੇਂ ਦੇਖਦੇ ਹੋ ਹਵੇਲੀ ਦੇ ਵਿੱਚ ਖੁਸ਼ੀ ਦੀ ਲਹਿਰ ਆਈ ਬਹੁਤ ਵਧੀਆ ਲੱਗਿਆ ਅੱਛਾ ਕੀ ਪਰਮਾਤਮਾ ਨੇ ਦੁਆਰਾ ਇਸ ਹਵੇਲੀ ਨੂੰ ਖ ਕਹ ਸਕਦੇ ਆ ਵੀ ਇੱਕ ਵਿਛੋੜਾ ਸੀ ਕਿੰਨੇ ਸਮਾਂ ਹੁੰਦਾ ਨਾ ਇੱਕ ਮਾਂ ਨੂੰ ਪੁੱਤ ਤੋਂ ਦੂਰ ਰਹਿਣਾ ਬਹੁਤ ਬਹੁਤ ਅੱਖਾਂ ਹਾਂਜੀ ਆਪਣਾ ਬੱਚਾ ਥੋੜਾ ਕੋ ਟਾਈਮ ਹੀ ਆਪਣੇ ਤੋਂ ਦੂਰ ਹੋਵੇ ਬਹੁਤ ਕਹਾ ਹੁੰਦਾ ਅੱਖਾਂ ਨਾਮ ਵੀ ਹੋ ਰਹੀਆਂ ਹਨਾ ਕਿਤੇ ਨਾ ਕਿਤੇ ਮਤਲਬ ਇਹ ਚੀਜ਼ਾਂ ਖੁਸ਼ੀ ਦੇ ਹੰਝੂ ਕਹਿ ਸਕਦੇ ਨੇ ਹਾਂਜੀ ਬਿਲਕੁਲ ਹਾਂਜੀ ਬਿਲਕੁਲ ਤੇ ਆਪ ਦੇਖ ਸਕਦੇ ਹੋ ਭੈਣ ਅੱਖਾਂ ਦੇ ਵਿੱਚ ਹੰਝੂ ਨੇ ਪਰ ਇਹ ਹੰਝੂ ਅੱਜ ਖੁਸ਼ੀਆਂ ਦੇ ਨੇ ਗਮ ਦੇ ਹੰਝੂ ਨਹੀਂ ਹੈਗੇ ਕਿਉਂਕਿ ਹਵੇਲੀ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਤੇ ਜਿੰਨੇ ਵੀ ਸਿੱਧੂ ਨੂੰ ਚਾਉਣ ਵਾਲੇ ਨੇ ਹਵੇਲੀ ਦੇ ਵਿੱਚ ਆ ਰਹੇ ਨੇ ਤੇ ਜਿਹੜਾ ਆਉਣਾ ਜਾਣਾ ਉਹ ਲਗਾਤਾਰ ਲੱਗਿਆ ਹੋਇਆ ਸੀ ਪਰ ਜਿਹੜੀ ਅੱਜ ਖੁਸ਼ੀ ਹੈ ਉਹ ਵੱਖਰੀ ਹੈ ਕਿਉਂਕਿ ਸਿੱਧੂ ਦੀ ਘਰ ਵਾਪਸੀ ਹੋਈ ਹੈ ਤੇ ਸਿੱਧੂ ਦੇ ਫੈਨ ਅੱਜ ਫੇਰ ਤੋਂ ਇੰਨੇ ਜ਼ਿਆਦਾ ਖੁਸ਼ ਨਜ਼ਰ ਆ ਰਹੇ ਨੇ ਕਿਉਂਕਿ ਕਹਿੰਦੇ ਨੇ ਕਿ ਫੇਰ ਉਹੀ ਗੱਲਾਂ ਹੋਣਗੀਆਂ ਫੇਰ ਉਹੀ ਗੀਤ ਹੋਣਗੇ ਫੇਰ ਉਹੀ ਤੱਕ ਤੇ ਫੇਰ ਉਹੀ ਥਾਪੀ ਅੱਜ ਦੇਖ ਸਕਦੇ ਹੋ ਹਵੇਲੀ ਦੇ ਵਿੱਚ ਸਿੱਧੂ ਦੇ ਫੈਨਸ ਦਾ ਆਉਣਾ ਜਾਣਾ ਲਗਾਤਾਰ ਜਾ ਰਹੀ ਹੈ ਪਰਿਵਾਰ ਹਾਲਾਂਕਿ ਘਰ ਦੇ ਵਿੱਚ ਨਹੀਂ ਪਰ ਜਿਹੜੇ ਉਸਦੇ ਪਰਿਵਾਰ ਬਣੇ ਹੋਏ ਉਸਦੇ ਫੈਨ ਅੱਜ ਹਵੇਲੀ ਦੇ ਵਿੱਚ ਪਹੁੰਚ ਰਿਹਾ ਹੋਰ ਵੀ ਫੈਨ ਨੇ ਜਿਹੜੇ ਪਹੁੰਚੇ ਨੇ ਆਪਾਂ ਗੱਲਬਾਤ ਕਰਦੇ ਹਾਂ ਇੱਥੇ ਜਿਹੜੇ ਮੁੰਡੇ ਪਹੁੰਚੇ ਆ ਸਿੱਧੂ ਦੇ ਫੈਨ ਦੂਰੋਂ ਦੂਰੋਂ ਆਉਂਦੇ ਆ ਬਾਈ ਜੀ ਕੀ ਨਾਮ ਹੈ ਜੀ ਸਿੰਘ ਹੈ ਵੀਰ ਜੀ ਤਾਂ ਕਿਵੇਂ ਲੱਗ ਰਿਹਾ ਅੱਜ ਫਿਰ ਬਹੁਤ ਵਧੀਆ ਜੀ ਬਹੁਤ ਵਧੀਆ ਪੂਰੀ ਖੁਸ਼ੀ ਦਾ ਮਾਹੌਲ ਹੈ ਹਾਂਜੀ ਹਾਂਜੀ ਬਹੁਤ ਵਧੀਆ ਅੱਜ ਤਾਂ ਕਹਿੰਦੇ ਭੰਗੜੇ ਪਾਉਣ ਵਾਲਾ ਕੰਮ ਹੋ ਗਿਆ ਬਸ ਢੋਲ ਨਹੀਂ ਹੈਗਾ ਨਹੀਂ ਪਾ ਲੰਦੇ ਭੰਗੜੇ ਬਸ ਢੋਲ ਨਹੀਂ ਹੈਗਾ ਨਹੀਂ ਪਾ ਲੰਦੇ ਭੰਗੜੇ ਅੱਛਾ ਹਾਂ ਇੱਕ ਵਾਰ ਅੱਜ ਇਤਿਹਾਸਕ ਦਿਨ ਵੀ ਕਹਿ ਸਕਦੇ ਐਨੂੰ ਹਾਂਜੀ 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 ਇੱਕ 29 ਮਈ ਸੀ ਤੇ ਜਿੱਦ ਦੇ ਸਿੱਧੂ ਗਿਆ ਸੀ ਤੇ ਅੱਜ 17 ਮਾਰਚ ਹਾਂ ਬਹੁਤ ਹੀ ਮਤਲਬ ਉਹ ਹੀ ਖੁਸ਼ੀ ਆ ਗਈ ਵਾਪਸ ਦੇਖ ਕੇ ਜੀ ਫੇਰ ਉਹੀ ਥਾਪੀਆਂ ਫੇਰ ਤੱਕ ਹਾਂਜੀ ਫੇਰ ਤੱਕ ਹੈ ਤਿਆਰ ਹੋ ਫਿਰ ਹਾਂ ਹਾਂ ਜੀ ਹਾਂ ਤਿਆ ਆਹ ਲੋ ਜੀ ਆਹ ਲੋ ਕਹਿੰਦਾ ਫੇਰ ਉਹੀ ਥਾਪੀ ਮਾਰ ਕੇ ਦਿਖਾਤਾ ਵੀ ਸਿੱਧੂ ਦੇ ਫੈਨ ਵੀ ਤਿਆਰ ਨੇ ਤੇ ਸਿੱਧੂ ਦੀ ਤਿਆਰੀ ਜਿਹੜੀ ਆ ਉਹ ਫੇਰ ਕਮਬੈਕ ਕਹਿ ਸਕਦੇ ਆ ਵੀ ਛੋਟਾ ਸਿੱਧੂ ਹਵੇਲੀ ਦੇ ਵਿੱਚ ਆਇਆ ਤੇ ਚਾਉਣ ਵਾਲਿਆਂ ਨੇ ਤਾਂਤਾ ਲਾਤਾ ਖੁਸ਼ੀਆਂ ਜਿਹੜੀਆਂ ਫੇਰ ਵੰਡਣੀਆਂ ਸ਼ੁਰੂ ਕਰਤੀਆਂ ਪਰਿਵਾਰ ਨੇ ਸਾਂਝੀ ਕੀਤੀ ਪੋਸਟ ਤੇ ਉਸ ਤੋਂ ਬਾਅਦ ਮੇਲਾ ਲੱਗਿਆ ਹਵੇਲੀ ਦੇ ਵਿੱਚ ਤੇ ਆਉਣ ਜਾਣ ਵਾਲਿਆਂ ਦਾ ਤਾਂਤਾ ਲੱਗਿਆ ਪਿਆ ਪਰਿਵਾਰ ਹਵੇਲੀ 'ਚ ਨਹੀਂ ਪਰ ਸਿੱਧੂ ਦਾ ਬਣਿਆ ਪਰਿਵਾਰ ਉਸਦੇ ਫੈਨ ਹਵੇਲੀ ਦੇ ਵਿੱਚ ਪਰਿਵਾਰ ਨੂੰ ਵਧਾਈਆਂ ਦੇਣ ਦੇ ਲਈ ਪਹੁੰਚ ਰਹੇ ਨੇ ਲਗਾਤਾਰ ਤੇ ਹੁਣ ਦੇਖਣਾ ਹੈ ਵੀ ਕਦੋਂ ਜਿਹੜਾ ਛੋਟਾ ਸਿੱਧੂ ਐ ਜਿਸ ਦੀ ਖੁਸ਼ੀ ਸਾਂਝੀ ਕੀਤੀ ਹੈ ਸੋਸ਼ਲ ਮੀਡੀਆ ਤੇ ਪਰਿਵਾਰ ਨੇ ਉਹ ਕਦੋਂ ਹਵੇਲੀ ਦੇ ਵਿੱਚ ਆਉਂਦਾ ਤੇ ਫੇਰ ਤੋਂ ਹਵੇਲੀ ਕਲਕਾਰੀਆਂ ਦੇ ਨਾਲ ਗੂੰਜ ਉੱਠਦੀ ਹੈ ਕੈਮਰਾਮੈਨ ਮਨੀਸ਼ ਦੇ ਨਾਲ ਪਰਮ ਦੀ ਪ੍ਰਾਣਾ ਜਗਵਾਨੀ ਟੀਵੀ ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ Instagram ਪੇਜ ਨੂੰ ਫੋਲੋ ਕਰੋ